ਇਹਨਾਂ ਦਿਨਾਂ ਵਿੱਚ ਯਾਦ ਕੀਤਾ ਜਾਂਦਾ ਆ। ਸਿਰਫ ਇਹਨਾਂ ਦਿਨਾਂ ਵਿੱਚ ਹੀ ਯਾਦ ਨਹੀਂ ਕਰਨਾ ਚਾਹੀਦਾ, ਸਾਰਾ ਸਾਲ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਐਂਡ ਵੈਲਕਮ ਟੂ ਮਾਈ ਅਨਦਰ ਵੀਡੀਓ। ਅਸੀਂ ਸਾਰੇ ਠੀਕ ਹਾਂ ਅਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਜਿਨ੍ਹਾਂ ਇਲਾਕਿਆਂ ਵਿੱਚ ਠੰਡ ਪੈ ਰਹੀ ਹੋਊਗੀ ਉਹ ਆਪਣੀ ਜਿਹੜਾ ਸਰਦੀ ਦਾ ਮੌਸਮ ਆ ਉਹਨੂੰ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਅੱਜ ਜਿਹੜੀ ਆ ਉਹ ਥੋੜ੍ਹੀ ਸਰਦੀ ਜਿਹੜੀ ਜ਼ਿਆਦਾ ਸੀਗੀ, ਹੌਲੀ ਹੌਲੀ ਜਿਹੜੀ ਸਰਦੀ ਆ ਉਹ ਵੱਧ ਰਹੀ ਆ। ਵੈਸੇ ਤਾਂ ਦਸੰਬਰ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਆ, ਪਰ ਇਸ ਵਾਰ ਜਿਹੜੀ ਠੰਡ ਆ ਉਹ ਇੰਨੀ ਜ਼ਿਆਦਾ ਨਹੀਂ ਆ। ਅਤੇ ਮੈਂ ਆਈ ਹਾਂ ਕਿਚਨ ਵਿੱਚ ਅਤੇ ਬੱਚਿਆਂ ਦੇ ਜਿਹੜੇ ਇਗਜ਼ਾਮਸ ਆ ਉਹ ਖਤਮ ਹੋ ਚੁੱਕੇ ਆ ਅਤੇ ਅੱਜ ਉਹਨਾਂ ਦਾ ਟਿਫਨ ਨਹੀਂ ਬਣਾਉਣਾ ਸੀਗਾ। ਸੋ ਮੈਂ ਅੱਜ ਬਣਾਉਣੇ ਸੀਗੇ, ਸਬਜ਼ੀ ਬਣਾਉਣੀ ਸੀਗੀ ਆਲੂ ਪਨੀਰ ਦੀ। ਸੋ ਮੈਂ ਆਲੂ ਜਿਹੜੇ ਉਬਲਣ ਵਾਸਤੇ ਰੱਖ ਦੇਣੇ ਆ ਅਤੇ ਨਾਲ ਹੀ ਮੈਂ ਰੱਖੀ ਹੋਈ ਆ ਚਾਹ ਬਣਨ ਵਾਸਤੇ। ਚਾਹ ਤੋਂ ਬਗੈਰ ਤਾਂ ਜਿਹੜਾ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ। ਅਤੇ ਵੈਸੇ ਵੀ ਜਿਹੜੀ ਚਾਹ ਆ ਉਹ ਸਰਦੀਆਂ ਵਿੱਚ ਸਾਦੀ ਜਿਹੀ ਚਾਹ ਜਿਹੜੀ ਚੰਗੀ ਨਹੀਂ ਲੱਗਦੀ। ਸੋ ਸਭ ਤੋਂ ਪਹਿਲਾਂ ਮੈਂ ਚਾਹ ਵਿੱਚ ਪਾਉਣਾ ਆ ਚਾਹ ਦਾ ਮਸਾਲਾ। ਮੈਂ 3 ਤਰ੍ਹਾਂ ਦੇ ਜਿਹੜੇ ਚਾਹ ਦੇ ਮਸਾਲੇ ਰੱਖੇ ਹੋਏ ਆ ਅਤੇ ਅੱਜ ਮੈਂ ਜਿਹੜਾ ਉਹ ਬਜ਼ਾਰੀ ਮਸਾਲਾ ਪਾਉਣਾ ਚਾਹ ਵਿੱਚ। ਇਹ ਮਤਲਬ ਕਿ ਰੈਡੀਮੇਡ ਆ, ਬਾਜ਼ਾਰੋਂ ਬਣਿਆ ਬਣਾਇਆ ਲਿਆਂਦਾ ਸੀਗਾ। ਅਤੇ ਫਿਰ ਮੈਂ ਚਾਹ ਪੱਤੀ ਪਾ ਦਿੱਤੀ, ਨਾਲ ਹੀ ਮੈਂ ਪਾ ਦਿੱਤੀ ਚੀਨੀ, ਅਤੇ ਨਾਲ ਹੀ ਮੈਂ ਜਿਹੜਾ ਆ ਉਹ ਆਟਾ ਵੀ ਗੁੰਨ ਕੇ ਰੱਖ ਲਿਆ ਸੀਗਾ। ਅਤੇ ਫਿਰ ਮੈਂ ਸਭ ਤੋਂ ਪਹਿਲਾਂ ਚਾਹ ਪੀਊਂਗੀ ਅਤੇ ਮੈਂ ਚਾਹ ਦੇ ਨਾਲ ਲਈ ਆ ਭੁੱਜੇ ਛੋਲਿਆਂ ਦੀ ਪੰਜੀਰੀ। ਚਾਹ ਪੀਣ ਤੋਂ ਬਾਅਦ ਮੈਂ ਆ ਗਈ ਹਾਂ ਕਿਚਨ ਵਿੱਚ। ਫਿਰ ਮੈਂ ਫਟਾਫਟ ਬਣਾ ਲੈਣੀ ਆ ਸਬਜ਼ੀ। ਸਬਜ਼ੀ ਬਣਾਉਣ ਵਾਸਤੇ ਮੈਂ ਗੈਸ ਉੱਪਰ ਰੱਖਿਆ ਕੁੱਕਰ ਅਤੇ ਉਹਦੇ ਵਿੱਚ ਪਾਇਆ ਸਰ੍ਹੋਂ ਦਾ ਤੇਲ। ਤੇਲ ਗਰਮ ਹੋਣ ਦੇ ਪਾ ਦਿੱਤਾ ਪਿਆਜ਼ ਅਤੇ ਲਸਣ ਨੂੰ ਗਰੇਟ ਕਰਕੇ। ਜੀਰਾ ਮੇਰੇ ਕੋਲ ਨਹੀਂ ਸੀ, ਅੱਜ ਖਤਮ ਹੋਇਆ ਸੀ, ਸੋ ਜੀਰਾ ਮੈਂ ਨਹੀਂ ਪਾਇਆ। ਅਤੇ ਜਦੋਂ ਪਿਆਜ਼ ਭੁੱਜ ਗਿਆ ਫਿਰ ਮੈਂ ਇਹਦੇ ਵਿੱਚ ਪਾ ਦਿੱਤਾ ਟਮਾਟਰ, ਅਦਰਕ ਅਤੇ ਹਰੀ ਮਿਰਚ ਦਾ ਪੇਸਟ, ਮਤਲਬ ਕਿ ਗਰੇਟ ਕਰ ਲਿਆ ਸੀਗਾ। ਅਤੇ ਜਦੋਂ ਇਹ ਵੀ ਚੰਗੀ ਤਰ੍ਹਾਂ ਭੁੱਜ ਗਿਆ, 2 ਮਿੰਟ ਮੈਂ ਟਮਾਟਰ ਨੂੰ ਵੀ ਨਾਲ ਭੁੰਨ ਲਿਆ। ਫਿਰ ਮੈਂ ਵਿੱਚ ਪਾ ਦਿੱਤੇ ਰੂਟੀਨ ਦੇ ਮਸਾਲੇ, ਨਮਕ, ਹਲਦੀ, ਦੇਗੀ ਮਿਰਚ ਅਤੇ ਨਾਲ ਹੀ ਗਰਮ ਮਸਾਲਾ। ਮੈਂ ਗਰਮ ਮਸਾਲਾ ਜਿਹੜਾ ਨਾਲ ਹੀ ਪਾ ਦਿੰਦੀ ਹਾਂ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਸਬਜ਼ੀ ਜਿਹੜੀ ਆ ਜ਼ਿਆਦਾ ਟੇਸਟੀ ਬਣਦੀ ਆ। ਫਿਰ ਥੋੜ੍ਹਾ ਵਿੱਚ ਪਾਇਆ ਪਾਣੀ ਅਤੇ ਇਹਨੂੰ ਜਿਹੜਾ ਆ ਚੰਗੀ ਤਰ੍ਹਾਂ ਭੁੰਨ ਲੈਣਾ ਆ ਜਦੋਂ ਤੱਕ ਆਇਲ ਸੈਪਰੇਟ ਨਹੀਂ ਹੋ ਜਾਂਦਾ। ਮੈਂ ਜਿਹੜਾ ਆ ਉਹ ਆਲੂ ਪਨੀਰ ਦੀ ਸਬਜ਼ੀ ਬਣਾਉਣੀ ਸੀਗੀ, ਪਰ ਮੇਰੇ ਕੋਲ ਮਟਰ ਵੀ ਪਏ ਹੋਏ ਸੀਗੇ, ਫਿਰ ਮੈਂ ਥੋੜ੍ਹੇ ਜਿਹੇ ਉਹ ਜਿਹੜੇ ਮਟਰ ਪਏ ਸੀ ਉਹ ਵੀ ਪਾ ਦਿੱਤੇ ਅਤੇ 4 ਆਲੂ ਜਿਹੜੇ ਵੱਡੇ ਸਾਈਜ਼ ਦੇ ਮੈਂ ਬੋਇਲ ਕੀਤੇ ਸੀਗੇ, ਫਿਰ ਮੈਂ 2 ਹੀ ਪਾਏ, ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਹੱਥ ਨਾਲ ਤੋੜ ਕੇ ਹੀ ਪਾ ਦਿੱਤਾ ਸੀਗਾ। ਫਿਰ ਮੈਂ ਪਨੀਰ ਜਿਹੜਾ ਉਹਨੂੰ ਵੀ ਕੱਟ ਕੇ ਇਹਦੇ ਵਿੱਚ ਪਾ ਦਿੱਤਾ ਅਤੇ ਪਾਣੀ ਜਿੰਨਾ ਮੈਂ ਪਾਉਣਾ ਚਾਹੁੰਦੀ ਸੀ ਉਨਾ ਮੈਂ ਪਾਣੀ ਐਡਜਸਟ ਕਰ ਲਿਆ, ਥੋੜ੍ਹਾ ਜਿਹਾ ਪਨੀਰ ਜਿਹੜਾ ਬਾਹਰ ਡਿੱਗ ਗਿਆ ਸੀਗਾ। ਅਤੇ ਫਿਰ ਮੈਂ ਜਿਹੜਾ ਆ ਕੁੱਕਰ ਦਾ ਢੱਕਣ ਬੰਦ ਕਰਕੇ ਵਿਸਲ ਆਉਣ ਤੋਂ ਬਾਅਦ ਜਿਹੜਾ ਆ 5 ਮਿੰਟ ਦੇ ਦਿੱਤੇ, ਕਿਉਂਕਿ ਆਲੂ ਵੀ ਉਬਲੇ ਹੋਏ ਸੀਗੇ ਅਤੇ ਪਨੀਰ ਤਾਂ ਵੈਸੇ ਜਲਦੀ ਜਿਹੜਾ ਆ ਉਹ ਪੱਕ ਜਾਂਦਾ ਆ। ਅਤੇ ਫਿਰ ਮੈਂ 10 ਮਿੰਟ ਬਾਅਦ ਜਦੋਂ ਪ੍ਰੈਸ਼ਰ ਜਿਹੜਾ ਡਾਊਨ ਹੋ ਗਿਆ ਉਦੋਂ ਕੁੱਕਰ ਜਿਹੜਾ ਖੋਲ੍ਹ ਦਿੱਤਾ। ਜਦੋਂ ਅਸੀਂ ਹੈ ਨਾ ਪਨੀਰ ਨੂੰ ਫਰਾਈ ਕਰਕੇ ਪਾਉਂਦੇ ਹਾਂ ਫਿਰ ਰੰਗਤ ਹੋਰ ਆਉਂਦੀ ਆ, ਜੇ ਅਸੀਂ ਕੱਚਾ ਪਾ ਦਿੰਦੇ ਫਿਰ ਰੰਗਤ ਹੋਰ ਆਉਂਦੀ ਆ। ਦੁਪਹਿਰੇ ਮੈਂ ਧੋਤੇ ਸੀਗੇ ਕੱਪੜੇ ਅਤੇ ਮੈਨੂੰ ਜਿਹੜਾ ਕੋਈ 1:30 ਵੱਜ ਗਿਆ ਸੀਗਾ ਅਤੇ ਮੈਂ ਫਿਰ ਜਿਹੜਾ ਨਾ ਫਟਾਫਟ ਕੱਪੜੇ ਸੁੱਕਣੇ ਪਾ ਦਿੱਤੇ ਅਤੇ ਇੱਧਰ ਮੇਰੇ ਅਰਸ਼ ਨੇ ਜਿਹੜੀ ਆ ਉਹ ਵੀਡੀਓ ਬਣਾ ਲਈ। ਮੈਨੂੰ ਇਹ ਹੁੰਦਾ ਕਿ ਜੇ ਮੈਂ ਅੱਜ ਕੱਪੜੇ ਧੋਤੇ ਆ ਤਾਂ ਅੱਜ ਹੀ ਸੁੱਕ ਜਾਣੇ ਚਾਹੀਦੇ ਆ ਤਾਂ ਕਿ ਮੈਂ ਇਹਨਾਂ ਨੂੰ ਜਿਹੜਾ ਜੋੜ ਕੇ ਅਤੇ ਰੱਖ ਦੇਵਾਂ। ਅਤੇ ਵੈਸੇ ਵੀ ਹੁਣ ਦਿਨ ਛੋਟੇ ਆ ਅਤੇ 4:30 ਵਜੇ ਤੱਕ ਜਿਹੜਾ ਆ ਉਹ 4:30 ਵਜੇ ਤੋਂ ਬਾਅਦ ਜਿਹੜਾ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਆ ਅਤੇ ਕੱਪੜੇ ਜਿਹੜੇ ਆ ਉਹ ਚੰਗੀ ਤਰ੍ਹਾਂ ਨਹੀਂ ਸੁੱਕਦੇ।
ਸੋ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਕੀਤੇ ਕੱਪੜੇ ਚੇਂਜ। ਕੱਪੜੇ ਧੋਂਦੇ ਹੋਏ ਜਿਹੜਾ ਆ ਉਹ ਕੱਪੜੇ ਗਿੱਲੇ ਹੋ ਜਾਂਦੇ ਆ ਅਤੇ ਨਾਲੇ ਕੱਪੜੇ ਵੀ ਗੰਦੇ ਹੋ ਜਾਂਦੇ ਆ, ਫਿਰ ਉਹ ਕੱਪੜੇ ਪਾ ਕੇ ਰੱਖਣ ਨੂੰ ਦਿਲ ਨਹੀਂ ਕਰਦਾ। ਅਤੇ ਇੱਧਰ ਦੋਨੋਂ ਬੱਚੇ ਜਿਹੜੇ ਆ ਉਹ ਵੇਖਦੇ ਪਏ ਆ ਵਲੌਗ। ਪਵਨ ਖਾਂਦਾ ਪਿਆ ਆ ਲੰਚ, ਮਤਲਬ ਕਿ ਲੰਚ ਕਰਦਾ ਪਿਆ ਆ ਅਤੇ ਗੁੜ ਦੇ ਨਾਲ। ਇਹਨੂੰ ਜਿਹੜੀਆਂ ਆ ਛੇਤੀ ਕਿਤੇ ਸਬਜ਼ੀਆਂ ਸਵਾਦ ਨਹੀਂ ਲੱਗਦੀਆਂ। ਮੈਂ ਇੱਡੀ ਵਧੀਆ ਸਬਜ਼ੀ ਬਣਾਈ ਸੀਗੀ ਪਰ ਇਹਨੂੰ ਪਸੰਦ ਨਹੀਂ ਆਈ। ਅਤੇ ਇਹ ਜਿਹੜਾ ਆ ਬੀਰ ਰਾਮਗੜੀਆ ਦਾ ਜਿਹੜਾ ਵਲੌਗ ਆ ਵੇਖਦੇ ਪਏ ਆ, ਸਾਰਾ ਦਿਨ ਜਿਹੜਾ ਆ ਬੀਰ ਰਾਮਗੜੀਆ ਦੇ ਵਲੌਗ ਵੇਖਦੇ ਰਹਿੰਦੇ ਆ। ਇਹ ਬੀਰ ਰਾਮਗੜੀਆ ਦੇ ਹੀ ਫੈਨ ਆ। ਸੋ ਫਿਰ ਮੈਂ ਕੀਤਾ ਲੰਚ ਅਤੇ ਨਾਲ ਪੀਤੀ ਚਾਹ, ਅਤੇ ਸਰਦੀਆਂ ਵਿੱਚ ਚਾਹ ਤਾਂ ਮਸਟ ਹੋ ਜਾਂਦੀ ਆ। ਫਿਰ ਮੈਂ ਜਿਹੜੇ ਕੱਪੜੇ ਮੇਰੇ ਸੀਗੇ ਉਹ ਸੁੱਕ ਗਏ ਸੀ, ਜਿਹੜੇ ਵੀ ਸੁੱਕ ਗਏ ਸੀ ਉਹ ਸਾਰੇ ਮੈਂ ਲਾ ਕੇ ਲੈ ਆਉਂਦੇ ਸੀਗੇ। ਅਤੇ ਫਿਰ ਮੈਨੂੰ ਹੁੰਦਾ ਕਿ ਮੈਂ ਰਾਤ ਨੂੰ ਜਿਹੜਾ ਇਹਨਾਂ ਨੂੰ ਜੋੜ ਦਊਂਗੀ, ਜਦੋਂ ਮੈਂ ਆਪਣਾ ਡਿਨਰ ਪ੍ਰਿਪੇਅਰ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਜੋੜ ਕੇ ਰੱਖ ਦਊਂਗੀ। ਇੱਧਰ ਪਵਨ ਗਿਆ ਸੀਗਾ ਬਾਜ਼ਾਰ ਮਾਰਕੀਟ, ਇਹਦਾ ਨਾ ਫਰੂਟ ਖਾਣ ਨੂੰ ਮਨ ਕਰਨ ਦਿਆ ਸੀਗਾ ਅਤੇ ਇਹ ਲੈ ਕੇ ਆਇਆ ਫਰੂਟ। ਪਵਨ ਲੈ ਕੇ ਆਇਆ ਸੀਗਾ ਚੀਕੂ, ਅਤੇ ਜਿਹੜੇ ਚੀਕੂ ਸੀਗੇ ਨਾ ਇਹਨਾਂ ਨੇ ਵੇਖ ਕੇ ਨਹੀਂ ਲਿਆਂਦੇ, ਨੱਥੂ ਵਿੱਚੋਂ ਜਿਹੜੇ ਚੀਕੂ ਕੱਚੇ ਸੀਗੇ। ਅਤੇ ਮੈਂ ਪਵਨ ਨੂੰ ਕਹਿੰਦੀ ਪਈ ਸੀਗੀ ਕਿ ਤੂੰ ਚੀਕੂ ਕੱਚੇ ਕਿਉਂ ਲੈ ਕੇ ਆਇਆ, ਚੈੱਕ ਕਰਕੇ ਲਿਆਉਣੇ ਸੀਗੇ। ਫਿਰ ਧੋ ਕੇ ਖਾਈਏ ਫਿਰ। ਛਿਲੜਾ ਨਹੀਂ ਉਤਾਰੀ ਦੀਆਂ ਹੈ, ਤੁਸੀਂ ਦੱਸੋ ਕਿ ਛਿਲੜਾ ਉਤਾਰ ਕੇ ਖਾਈਦੀਆਂ ਚੀਕੂ? ਪਾਪਾ ਵੀ ਕਹਿੰਦੇ ਆ, ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਛਿਲੜ ਉਤਾਰ ਕੇ ਖਾਈਦਾ ਕਿ ਚੀਕੂ ਉੱਦਾਂ ਹੀ ਖਾਈਦਾ। ਠੀਕ ਆ ਪਵਨ, ਜੇ ਉਹਨਾਂ ਨੇ ਕਮੈਂਟ 'ਚ ਕਹਿ ਤਾ ਨਹੀਂ ਖਾਈਦਾ ਛਿਲੜ ਉਤਾਰ ਕੇ ਫਿਰ ਹੈ। ਅੱਛਾ ਚਲੋ, ਚਮਕੌਰ ਗੜੀ ਚੋ ਪੰਜ ਪੰਜ ਸਿੰਘ ਬਰਾਤੀ ਅੱਜ ਬਰਾਤੀ ਚੜਦੇ ਨੇ, ਇੱਕ ਦੂਜੇ ਤੋਂ ਮੂਰੇ ਹੋ ਵੈਰੀ ਵਰਦੇ ਨੇ, ਅੱਜ ਤੇ ਕਾਤੇ ਸ਼ਮਸ਼ੀਰਾ ਸ਼ਮਸ਼ੀਰਾ ਆਸੀਨੇ ਤੇ ਜਰੀਆਂ ਨੇ ਚਮਕੌਰ ਗੜੀ ਚੋ, ਚਮਕੌਰ ਗੜੀ ਚੋ ਦੋ ਪੁੱਤਰਾਂ ਦੀਆਂ ਜੰਜਾਂ ਚੜੀਆਂ ਨੇ ਚਮਕੌਰ। ਸੋ ਇਹ ਸੀਗਾ ਸਫਰੇ ਸ਼ਹਾਦਤ ਸਮਾਗਮ ਦੀ ਕਲਿੱਪ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਅਤੇ ਟੀ ਵੀ ਦੇ ਉੱਤੇ ਸਮਾਗਮ ਜਿਹੜਾ ਲਾਈਵ ਆ ਰਿਹਾ ਆ ਸਫਰੇ ਸ਼ਹਾਦਤ ਵਿੱਚ, ਚਾਰ ਸਾਹਿਬਜ਼ਾਦੇ ਦੀ ਸ਼ਹੀਦੀ ਨੂੰ ਜਿਹੜਾ ਯਾਦ ਕੀਤਾ ਜਾਂਦਾ ਆ 21 ਦਸੰਬਰ ਤੋਂ ਲੈ ਕੇ 27-28 ਦਸੰਬਰ ਤੱਕ ਜਿਹੜਾ ਆ ਉਹ ਜਿਹੜੇ ਸ਼ਹੀਦੀ ਦਿਹਾੜੇ ਚੱਲਦੇ ਆ। ਇਹਨਾਂ ਦਿਨਾਂ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀਗੀ ਅਤੇ ਇੱਕ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਸਰਹੰਦ ਤੱਕ ਦੇ ਸਾਰੇ ਸਫ਼ਰ ਨੂੰ ਜਿਹੜਾ ਯਾਦ ਕੀਤਾ ਜਾਂਦਾ ਆ। ਜਿਨ੍ਹਾਂ ਜਿਨ੍ਹਾਂ ਰਸਤਿਆਂ ਦੇ ਵਿੱਚੋਂ
ਗੁਰੂ ਸਾਹਿਬ ਅਤੇ ਚਾਰ ਸਾਹਿਬਜ਼ਾਦੇ ਲੰਘੇ ਸੀਗੇ, ਉਹਨਾਂ ਉਹਨਾਂ ਰਸਤਿਆਂ ਦੇ ਨੂੰ ਜਿਹੜਾ ਆ ਉਸ ਰਸਤਿਆਂ ਤੋਂ ਸੰਗਤ ਲੰਘਦੀ ਆ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੀ ਆ। ਚਮਕੌਰ ਸਾਹਿਬ ਦੀ ਲੜਾਈ ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ, ਅਤੇ ਸਰਹੰਦ ਜਿੱਥੇ ਸ਼੍ਰੀ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਚਿਣਾ ਦਿੱਤਾ ਗਿਆ ਸੀਗਾ, ਉਸ ਸਾਰੇ ਜਿਹੜੇ ਸਮੇਂ ਨੂੰ ਆ ਉਹ ਇਹਨਾਂ ਦਿਨਾਂ ਵਿੱਚ ਯਾਦ ਕੀਤਾ ਜਾਂਦਾ ਆ। ਸਿਰਫ ਇਹਨਾਂ ਦਿਨਾਂ ਵਿੱਚ ਹੀ ਯਾਦ ਨਹੀਂ ਕਰਨਾ ਚਾਹੀਦਾ, ਸਾਰਾ ਸਾਲ ਹੀ ਇਸ ਚੀਜ਼ ਨੂੰ ਜਿਹੜਾ ਯਾਦ ਰੱਖਣਾ ਚਾਹੀਦਾ ਆ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਆ ਕਿਉਂ ਹੋਈ ਸੀਗੀ ਅਤੇ ਕਿੰਨਾ ਕਾਰਨਾ ਕਰਕੇ ਹੋਈ ਸੀਗੀ। ਸਾਨੂੰ ਇਹ ਸਾਰਾ ਕੁਝ ਜਿਹੜਾ ਆ ਉਹ ਸਮਝਣਾ ਚਾਹੀਦਾ ਆ, ਅਤੇ ਰੋਜ਼ ਜਿਹੜਾ ਕਥਾ ਵਿੱਚ ਦੱਸਿਆ ਜਾਂਦਾ ਆ ਆਪਣੀ ਜ਼ਿੰਦਗੀ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਜਿਹੜੀ ਸਿੱਖਿਆ ਆ ਉਹਨੂੰ ਲੈ ਕੇ ਚੱਲਣਾ ਚਾਹੀਦਾ ਅਤੇ ਉਹਨਾਂ ਦੀ ਸਿੱਖਿਆ ਦੇ ਉੱਤੇ ਜਿਹੜਾ ਉਹ ਚੱਲਣਾ ਚਾਹੀਦਾ ਆ। ਸੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ, ਅਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਊਗੀ। ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰ ਦਿਓ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫੋਰ ਵਾਚਿੰਗ।